ਸਾ ਡੇਰੇ ਸਾਧ ਨਾ ਮਾਤੇ ਮਾਰੇ ਮਾਰ ਕਰ ਬੰਦਾਰੇ ਘਟਨਾ ਦੇ ਮਾਰੇ ਮਾਰ ਕਰ ਦੇ ਚੋਪਰ ਬਾਦ ਸੈਂਕੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਥਾਂ ਦਾ ਨਾਮ ਤਾਂ ਹੋ ਤੇ ਪ੍ਰੇਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਹ ਬੈਂਕ ਸਿੰਘ ਨੈਸੋਵਾਲ ਵੱਲੋਂ अमरिंदर सिंह की सरकार पिछली बादल सरकार के सारे घपलिया हर तरह के माफिया जिन्होंने पंजाब हर पक्ष जिन्हों वालों पंजाब हर पक्ष तो लुटिया है उसकी पर्दापोशी कर मिली भुगतना लगी हुई है। अज का इकट्ठ खुलेआम ऐलान करता है कि कैप्टन सरकार श्री गुरु ग्रंथ साहब जी के स्वरूपों के गुम होने संबंधी मुख मंत्री वालों धारी हुई चुप सुखबीर सिंह बादल प्रकाश सिंह बादल श्रोमणी गुरद्वारा प्रबंधक कमेटी के दोषी अधिकारियों के अहुदेदारों बचाने की एक साजिश है। मता नंबर 7 अज का पंथक इकट्ठ
अपरोक्त सारे मतियां नूं लागू कराउण लई 22 सितंबर 2020 नूं श्रोमणी गुरद्वारा प्रबंधक कमेटी के प्रधान गोबिंद सिंह लौंगोवाल की कोठी लौंगोवाल अगे धरना शुरू करेगा ਅਤੇ ਉੱਥੇ ਬੈਠ ਕੇ ਹੀ ਸੁਖਬੀਰ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੂਜੇ ਅਹੁਦੇਦਾਰਾਂ ਦੇ ਘਰਾਂ ਅੱਗੇ ਧਰਨਿਆਂ ਬਾਰੇ ਵਿਚਾਰਿਆ ਜਾਵੇਗਾ। 22 ਸਤੰਬਰ 2020 ਨੂੰ ਦਰਬਾਰ ਸਾਹਿਬ ਸਮੂਹ ਵਿੱਚ ਹੋ ਰਹੇ ਬਜਟ ਅਜਲਾਸ ਸਮੇਂ ਅੰਮ੍ਰਿਤਸਰ ਦੇ ਬਾਹਰ ਸਾਰੇ ਰਸਤਿਆਂ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇ ਮੈਂਬਰਾਂ ਐਗਜੈਕਟਿਵ ਮੈਂਬਰਾਂ ਪ੍ਰਧਾਨ ਅਤੇ ਦੂਜੇ ਅਹੁਦੇਦਾਰਾਂ ਦੀ ਜ਼ਮੀਰ ਮਰ ਚੁੱਕੀ ਜ਼ਮੀਰ ਨੂੰ ਹਲੂਣਾ ਦੇਣ ਲਈ ਆਪਣਾ ਰੋਹ ਪ੍ਰਦਰਸ਼ਨ ਕਰੇਗਾ। ਇਹ ਤਰੀਕ 28 ਸਤੰਬਰ 2020 ਨੂੰ ਨਿਸ਼ਚਿਤ ਕੀਤੀ ਗਈ। ਤਿੰਨ ਐਕਸ਼ਨ ਪ੍ਰੋਗਰਾਮ ਨੇ। ਪਹਿਲਾ ਹੈਗਾ 25 ਨੂੰ ਕਿਸਾਨਾਂ ਦੇ ਬੰਦ ਦਾ ਸਮਰਥਨ, ਦੂਜਾ ਹੈਗਾ ਕਿ 22 ਤਰੀਕ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਕੋਠੀ ਦੇ ਬਾਹਰ ਧਰਨਾ, ਤੀਜਾ ਹੈਗਾ ਕਿ 28 ਨੂੰ ਜਦੋਂ ਬਜਟ ਇਜਲਾਸ ਹੋਏਗਾ ਅਤੇ 165-170 ਜਿੰਨੇ ਵੀ ਇਹਨਾਂ ਦੇ ਮੈਂਬਰ ਜੀਵਤ ਨੇ ਉਹ ਜਦੋਂ ਦਰਬਾਰ ਸਾਹਿਬ ਆਉਣਗੇ ਅਤੇ ਦਰਬਾਰ ਸਾਹਿਬ ਦੇ ਚਾਰੇ ਪਾਸੇ ਸਾਡੇ ਮੈਂਬਰ ਖੜ੍ਹੇ ਹੋਣਗੇ ਪਲੇ ਕਾਰਡ ਅਤੇ ਫਲੈਗ ਲੈ ਕੇ, ਅਤੇ ਉਦੋਂ ਇਹਨਾਂ ਨੂੰ ਅਸੀਂ ਇਹਨਾਂ ਦੀ ਜ਼ਮੀਰ ਨੂੰ ਹਲੂਣਾ ਦੇਣ ਲਈ ਇਹਨਾਂ ਨੂੰ ਰੋਕਾਂਗੇ। ਇਹਨਾਂ ਨੂੰ ਕਹਾਂਗੇ ਕਿ ਤੁਸੀਂ ਜਿਸ ਹਾਊਸ ਦੇ ਵਿੱਚ ਚੱਲੇ ਹੋ ਉਸ ਹਾਊਸ ਵੱਲੋਂ ਉਸ ਨਿਜ਼ਾਮ ਵੱਲੋਂ ਗੁਰੂ ਸਾਹਿਬ ਦੀ ਜਿਹੜੀ ਬਰਾਦਰੀ ਕੀਤੀ ਗਈ ਹੈ, ਸਤਿਕਾਰ ਕੀਤਾ ਗਿਆ, ਤੁਸੀਂ ਆਪਣੇ ਹਾਊਸ 'ਚ ਜਾ ਕੇ ਇਸ ਮੁੱਦੇ ਨੂੰ ਉਠਾਓ ਅਤੇ ਅਸੀਂ ਵੇਟ ਕਰਾਂਗੇ ਕਿ ਜਦੋਂ ਤੁਸੀਂ ਵਾਪਸ ਆਓਗੇ ਅਸੀਂ ਤੁਹਾਨੂੰ ਪੁੱਛਾਂਗੇ ਕਿ ਤੁਸੀਂ ਅੰਦਰ ਕੀ ਕਰਕੇ ਆਏ ਹੋ। ਅਤੇ ਦੂਜਾ ਜਿਹੜਾ ਸਮੇਤ ਸਿੰਘ ਸੈਣੀ ਹੈ ਜਿਹਨੇ ਬੱਚੇ ਮਾਰੇ ਆ, ਜਿਹਨੇ 2 ਸਿੰਘ ਬਗਰਾੜੀ 'ਚ ਸ਼ਹੀਦ ਕਰਵਾਏ ਆ, ਅਤੇ ਉਹਦਾ ਵੀ ਜਿਹੜਾ ਇਹ ਨੰਦਿਆ ਮਤਾ ਅਸੀਂ ਇਸ ਕਰਕੇ ਪੰਥ ਵੱਲੋਂ ਕਹਿੰਦੇ ਹਾਂ ਕਿ ਪੰਥ ਦਾ ਮੁਰਜਮ ਹੈ, ਕੌਮ ਦਾ ਮੁਰਜਮ ਹੈ, ਜਿਹੜਾ ਸੁਪਰੀਮ ਕੋਰਟ ਨੇ ਰਾਹ ਦਿੱਤੀ ਹੈ ਉਹਨੇ ਪੰਥ ਵਿਰੋਧੀ ਕੰਮ ਕੀਤਾ ਅਤੇ ਪ੍ਰਕਾਸ਼ ਸਿੰਘ ਬਾਦਲ ਸਮੇਤ ਸਿੰਘ ਸੈਣੀ ਹੋਇਆ ਪੰਥ ਲਗਾਤਾਰ ਲੜਾਈ ਲੜੂਗਾ ਜਿੰਨਾ ਚਿਰ ਸਮੇਤ ਸਿੰਘ ਸੈਣੀ ਆਪਣੇ ਉਹਦੇ 'ਤੇ ਕਾਰਵਾਈ ਨਹੀਂ।